ਹੋਇਆ ਵਾ ਉਹਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਦਾ ਪਿਆ। ਪੁਲਿਸ ਨੇ ਮੈਨੂੰ ਗੁੰਮਰਾਹ ਕੀਤਾ ਹੋਇਆ ਵਾ। ਅਸੀਂ ਚੌਂਕੀ ਜਾਂਦੇ ਹੋ ਕਹਿੰਦੇ ਥਾਣੇ ਚੱਲ ਜਾਓ, ਥਾਣੇ ਜਾਂਦੇ ਹੋ ਕਹਿੰਦੇ ਚੌਂਕੀ ਚੱਲ ਜਾਓ, ਜੋ ਕਮਿਸ਼ਨਰ ਸਾਹਿਬ ਕੋ ਆਈਦਾ ਵਾ ਉਹ ਕਹਿੰਦੇ ਤੁਸੀਂ ਇੱਥੇ ਰੋਈ ਰੋਈ ਕੀ ਕਰਨਾ ਤੇ ਹੋ, ਤੁਸੀਂ ਥਾਣੇ ਜਾਓ। ਇਹ ਹੁਣ ਚੁੱਕ ਕੇ ਪਰਚੀ ਜੀ ਕੱਟ ਕੇ ਥਾਣੇ ਭੇਜ ਦਿੰਦੇ ਆ। ਮੈਨੂੰ ਇਨਸਾਫ ਚਾਹੀਦਾ, ਮੇਰਾ ਬੇਟਾ ਜਲਦ ਤੋਂ ਜਲਦ ਮਿਲਣਾ ਚਾਹੀਦਾ, ਨਾ ਮਿਲਿਆ ਮੈਂ ਬਸ ਖਾ ਕੇ ਮਰ ਜਾਣਾ। ਮੇਰਾ ਬੇਟਾ 24/8 ਤੋਂ ਗੈਪ ਹੋਇਆ ਵਾ, ਉਹਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਦਾ ਪਿਆ। ਪੁਲਿਸ ਨੇ ਮੈਨੂੰ ਗੁੰਮਰਾਹ ਕੀਤਾ ਹੋਇਆ ਵਾ। ਅਸੀਂ ਚੌਂਕੀ ਜਾਂਦੇ ਹੋ ਕਹਿੰਦੇ ਥਾਣੇ ਚੱਲ ਜਾਓ, ਥਾਣੇ ਜਾਂਦੇ ਹੋ ਕਹਿੰਦੇ ਚੌਂਕੀ ਚੱਲ ਜਾਓ, ਜੋ ਕਮਿਸ਼ਨਰ ਸਾਹਿਬ ਕੋ ਆਈਦਾ ਵਾ ਉਹ ਕਹਿੰਦੇ ਤੁਸੀਂ ਇੱਥੇ ਰੋਈ ਰੋਈ ਕੀ ਕਰਨ ਆਉਂਦੇ ਹੋ, ਤੁਸੀਂ ਥਾਣੇ ਜਾਓ। ਇਹ ਹੁਣ ਚੁੱਕ ਕੇ ਪਰਚੀ ਜੀ ਕੱਟ ਕੇ ਥਾਣੇ ਭੇਜ ਦਿੰਦੇ ਆ। ਥਾਣੇ ਵਾਲੇ ਕੋਈ ਕੰਮ ਨਹੀਂ ਕਰਨ ਦੇ, ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਸੀ ਟੀਮਾਂ ਲਾਈਆਂ ਹੋਈਆਂ ਵਾ ਤੁਹਾਡੇ ਬੱਚੇ ਦਾ ਕੁਛ ਪਤਾ ਲੱਗਦਾ ਪਿਆ ਵਾ, ਫਿਰ ਸਾਨੂੰ ਹੁਣ ਆ ਕੇ ਕਹਿੰਦੇ ਸਾਨੂੰ ਕੁਛ ਪਤਾ ਨਹੀਂ ਲੱਗਾ ਤੁਹਾਡੇ ਬੱਚੇ ਦਾ। ਪਰ ਜਿਹੜੇ ਬੱਚੇ ਦੇ ਸਾਨੂੰ ਸ਼ੱਕ ਸੀ, ਜਿਹੜੇ ਮੁੰਡੇ ਦੇ ਮਹੱਲੇ ਦੇ ਵਿੱਚੋਂ ਉਹ ਮੁੰਡੇ ਨੂੰ ਫੜਿਆ ਗਿਆ ਵਾ, ਸੀ ਐਸ ਸਟਾਫ ਲੈ ਕੇ ਗਏ ਆ ਉਹਨੂੰ, ਉਹਨੇ ਕਿਹਾ ਵਾ ਕਿ ਮੈਂ ਤੁਹਾਡੇ ਮੁੰਡੇ ਨੂੰ ਮਾਰ ਕੇ ਦੱਬ ਦਿੱਤਾ ਹੋਇਆ ਵਾ। ਉਹਨੇ ਦੋ ਟੋਏ ਪਟਾਏ ਆ ਪਰ ਉਹ ਟੋਇਆਂ ਦੇ ਵਿੱਚੋਂ ਕੁਛ ਨਹੀਂ ਨਿਕਲਿਆ। ਫਿਰ ਉਹ ਪ੍ਰਧਾਨ ਪ੍ਰਧੂਨ ਪਾਉਂਦੇ ਆ, ਪ੍ਰਧਾਨ ਪਾ ਕੇ ਆਪਣੇ ਮੁੰਡੇ ਨੂੰ ਛਡਾ ਕੇ ਲੈ ਕੇ ਜਾਂਦੇ ਆ। ਉਹਦਾ ਪਿਓ ਹੈਗਾ ਥਾਣੇਦਾਰ ਨਿਸ਼ਾਨ ਸਿੰਘ, ਮੁੰਡੇ ਦਾ ਨਾਂ ਹੈ ਰਾਜਾ, ਉਹ ਛਡਾ ਕੇ ਲਈ ਜਾਂਦੇ। ਪੁਲਿਸ ਨੇ ਉਹਨੂੰ ਛੱਡ ਦਿੱਤਾ, ਇਹਨੇ ਨਾਂ ਵੀ ਲਿਆ ਨੇ ਉਹ ਮੁੰਡੇ ਦਾ ਕਿ ਉਹ ਮੁੰਡੇ ਦਾ ਨਾਂ ਰਾਜਾ ਵਾ ਜਿਹੜਾ ਮੇਰੇ ਨਾਲ ਆ। ਇਸ ਕਰਕੇ ਅਮਨ ਦਾ ਨਾਂ ਲਿਆ ਉਹਨੇ, ਪਰ ਫਿਰ ਵੀ ਪੁਲਿਸ ਨੇ ਉਹਨੂੰ ਛੱਡ ਦਿੱਤਾ ਹੈ। ਮੈਂ ਇਹੋ ਕਹਿੰਦੀ ਮੇਰਾ ਮੁੰਡਾ ਜਲਦ ਤੋਂ ਜਲਦ ਲੱਭਿਆ ਜਾਏ, ਨਹੀਂ ਲੱਭਿਆ ਗਿਆ ਮੈਂ ਕੁਛ ਖਾ ਕੇ ਮਰ ਜਾਣਾ। ਉਹਦੀ ਜ਼ਿੰਮੇਵਾਰ ਹੋਏਗੀ ਪੁਲਿਸ ਕਮਿਸ਼ਨਰ ਔਰ ਜਿੰਨੀ ਵੀ ਥਾਣੇਦਾਰ ਚੌਂਕੀ ਵਾਲੇ ਉਹ ਜ਼ਿੰਮੇਵਾਰ ਹੋਣਗੇ ਮੇਰੇ। ਔਰ ਮੈਂ ਇਹ ਧਮਕੀ ਨਹੀਂ ਦੇਂਦੀ, ਮੈਂ ਸੱਚੀ ਇਹ ਗੱਲ ਕਰ ਵਿਖਾਣੀ ਜੇ, ਮੇਰਾ ਇਹੋ ਹੀ ਆ, ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੇਰਾ ਬੇਟਾ ਜਲਦ ਤੋਂ ਜਲਦ ਲੱਭਣਾ ਚਾਹੀਦਾ ਵਾ। ਔਰ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਉਹ ਡਰਦੇ ਮਾਰੇ ਹੋ ਸਕਦਾ ਉਹਨਾਂ ਨੇ ਟੋਏ ਪਟਾਏ ਆ। ਪੁਲਿਸ ਕਮਿਸ਼ਨਰ ਸਾਹਿਬ ਨੇ ਵੀ ਸਾਨੂੰ ਹੁਣ ਇਹੋ ਜਵਾਬ ਦਿੱਤਾ ਵਾ ਕਿ ਉਹਨੇ ਡਰਦੇ ਮਾਰੇ ਨੇ ਟੋਏ ਪਟਾਏ ਆ, ਪਰ ਇਹਦਾ ਸਾਨੂੰ ਜਵਾਬ ਚਾਹੀਦਾ ਉਹ ਕਿਉਂ ਡਰਦੇ ਮਾਰੇ ਟੋਏ ਪਟਾ ਸਕਦਾ ਵਾ। ਜਿੰਨੇ ਗਲਤੀ ਨਹੀਂ ਕੀਤੀ ਉਹ ਇਹ ਕਹਿ ਸਕਦਾ ਸਰ ਜਿੰਨਾ ਮਰਜ਼ੀ ਸਾਨੂੰ ਕੁੱਟੀ ਜਾਓ ਮਾਰੀ ਜਾਓ, ਪਰ ਮੈਂ ਕੋਈ ਗਲਤੀ ਨਹੀਂ ਕੀਤੀ, ਮੇਰੇ ਕੋਲ ਕੁਛ ਨਹੀਂ ਹੈਗਾ। ਫਿਰ ਉਹ ਮੁੰਡੇ ਨੇ ਟੋਏ ਕਿਉਂ ਪਟਾਏ ਆ, ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ। ਪੁਲਿਸ ਕਮਿਸ਼ਨਰ ਸਾਹਿਬ ਕੋ ਵੀ ਉਹ ਕਹਿੰਦੇ ਬਹਿਣਾ ਬਹਿ ਜਾਓ ਤੁਸੀਂ ਦਰੀਆਂ ਵਿਛਾ ਕੇ ਬਹਿਣਾ ਬੈਠੇ ਰਹੋ, ਪਰ ਮੇਰੇ ਕੋਲ ਜੋ ਜਵਾਬ ਸੀ ਮੈਂ ਦੇ ਦਿੱਤਾ ਆ। ਮੈਨੂੰ ਇਨਸਾਫ ਚਾਹੀਦਾ, ਮੇਰਾ ਬੇਟਾ ਜਲਦ ਤੋਂ ਜਲਦ ਮਿਲਣਾ ਚਾਹੀਦਾ, ਨਾ ਮਿਲਿਆ ਮੈਂ ਕੁਛ ਖਾ ਕੇ ਮਰ ਜਾਣਾ। ਇਹ ਮੈਂ ਸਾਰਿਆਂ ਸਾਹਮਣੇ ਕਹਿਣੀ ਆ ਔਰ ਮੈਂ ਧਮਕੀ ਨਹੀਂ ਦਿੰਦੀ, ਇਹ ਮੈਂ ਘਰ ਵਿਖਾਣਾ ਇਹਨਾਂ ਨੂੰ, ਇਹਦੀ ਜ਼ਿੰਮੇਵਾਰ ਹੋਏਗੀ ਪੁਲਿਸ। ਇਹ 24 ਅਗਸਤ ਨੂੰ ਫਤਿਹ ਸਿੰਘ ਕਲੋਨੀ ਦੇ ਵਿੱਚ ਇੱਕ 13 ਸਾਲ ਦਾ ਬੱਚਾ ਜਿਹੜਾ ਕਿਰਨਜੀਤ ਸਿੰਘ ਇਲੀਅਸ ਲਵ, ਇਹ ਉੱਥੋਂ ਮਿਸਿੰਗ ਹੋਇਆ ਸੀਗਾ ਜੋ ਥਾਣਾ ਗੇਟ ਕੀਮਾ ਦੇ ਵਿੱਚ ਹੈਗਾ। ਇਹਦੇ ਸੰਬੰਧੀ ਜਿਸ ਜਿਸ ਵਿਅਕਤੀਆਂ ਅਤੇ ਜਿਸ ਪਰਿਵਾਰ ਤੋਂ ਪਰਿਵਾਰ ਨੂੰ ਜੋ ਸ਼ੱਕ ਸੀਗਾ ਜਾਂ ਪੁਲਿਸ ਨੂੰ ਜਿਹੜੀ ਆਪਣੀ ਤਫਤੀਸ਼ ਦੇ ਵਿੱਚ ਜੋ ਜੋ ਚੀਜ਼ ਸਾਹਮਣੇ ਆਉਂਦੀ ਰਹੀ ਹੈ ਉਸ ਮੁਤਾਬਕ ਕਾਰਵਾਈ ਹੋ ਰਹੀ ਹੈ, ਉਹਨਾਂ ਦੀ ਪੁੱਛਗਿੱਛ ਹੋ ਰਹੀ ਹੈ, ਚੈਕਿੰਗ ਸਾਰਾ ਉਹਨੂੰ ਮਿਸਿੰਗ ਬੱਚੇ ਨੂੰ ਲੱਭਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਜਿਸ ਤਰੀਕੇ ਨਾਲ ਅੱਗੇ ਜੋ ਜੋ ਅੱਗੇ ਤੱਤ ਸਾਹਮਣੇ ਆਉਂਦੇ ਰਹਿਣਗੇ ਉਸ ਮੁਤਾਬਕ ਕਾਰਵਾਈ ਕਰੀ ਜਾਵਾਂਗੇ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97-817-71-820।